ਕੋਈ ਮੱਥੇ 'ਤੇ ਲੱਗੇ ਦਾਗ ਨੂੰ ਧੋਣਾ ਤਾਂ ਪੰਜਾਬੀ ਜੇ ਇਹ ਧਾਰ ਲੈਣ ਕਿ ਧੋਣਾ ਤਾਂ ਧੋ ਕੇ ਹਟਦੇ ਆ। ਫਿਰ ਉਸੇ ਸਿਲਸਿਲੇ 'ਚ ਮੁਹਿੰਮ ਚੱਲ ਰਹੀ ਹੈ, ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਡਰੱਗ ਦੇ ਅਗੇਂਸਟ ਬਣਾਈ ਹੈ। ਹੁਣ ਤੱਕ ਅਸੀਂ 14,381 ਸਮੱਗਲਰ ਜਿਹੜੇ ਨੇ ਜਾਂ ਸਪਲਾਇਰ ਨੇ ਉਹਨਾਂ ਦੀ ਗ੍ਰਿਫਤਾਰੀ ਕਰ ਚੁੱਕੇ ਹਾਂ। 10,394 NDPS ਦੀਆਂ FIR ਹੋ ਗਈਆਂ। 253 ਵੱਡੇ ਸਮੱਗਲਰ ਜਿਹੜੇ ਨੇ ਜਿਹਨਾਂ ਤੋਂ 2 ਕਿਲੋ ਹੀਰੋਇਨ ਫੜੀ ਹੈ, ਔਰ ਟੋਟਲ ਰਿਕਵਰੀ 1,207 ਕਿਲੋਗ੍ਰਾਮ ਹੀਰੋਇਨ ਹੈ, 1,012 ਕਿਲੋਗ੍ਰਾਮ OPM ਹੈ, 816 ਕਿਲੋਗ੍ਰਾਮ ਗਾਂਜਾ, 49.5 ਟਨ ਪੌਪੀ ਹਾਸਕ ਜਿਹਨੂੰ ਪੋਸਤ ਕਹਿ ਦਿੰਦੇ ਜਾਂ ਭੁੱਖੀ ਕਹਿ ਦਿੰਦੇ, 3.07 ਕਰੋੜ ਜਿਹੜੀਆਂ ਪਿਲਸ ਨੇ ਜਿਹੜੀਆਂ ਗੋਲੀਆਂ ਨਸ਼ੇ ਵਾਲੀਆਂ ਉਹ ਫੜੀਆਂ ਨੇ, 75,029 ਇੰਜੈਕਸ਼ਨ, 16.34 ਕਰੋੜ ਰੁਪਈਏ ਦੀ ਡਰੱਗ ਮਨੀ ਇਹ ਫੜੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਅਸੀਂ 379 ਡਰੱਗ ਜਿਹੜੇ ਸਮੱਗਲਰ ਸੀ ਉਹਨਾਂ ਦੀ 173 ਕਰੋੜ ਰੁਪਏ ਦੀ ਪ੍ਰੋਪਰਟੀ ਸੀਜ਼ ਕੀਤੀ ਹੈ। ਇਹ ਸਭ ਤੋਂ ਵੱਡੀ ਸੱਟ ਹੈ। ਜੇ ਤੁਸੀਂ ਕਿਸੇ ਦੇ ਪੁੱਤ ਨੂੰ ਨਸ਼ੇ 'ਤੇ ਲਾ ਕੇ ਪੈਸੇ ਕਮਾਉਂਦੇ ਹੋ, ਉਹ ਪੈਸੇ ਨਾਲ ਕੀ ਬਣਾਉਂਦੇ ਹੋ? ਘਰ ਬਣਾਉਂਦੇ ਹੋ, ਪਲਾਟ ਬਣਾਉਂਦੇ ਹੋ, ਸ਼ੋਰੂਮ ਬਣਾਉਂਦੇ ਹੋ? ਜਦੋਂ ਅਸੀਂ ਸ਼ੋਰੂਮ ਵੀ ਸਰਕਾਰ ਨੇ ਲੈ ਲਿਆ ਫਿਰ ਕਾਹਦੇ ਵਾਸਤੇ ਬਣਾਉਂਦੇ ਹੋ? ਇਹ ਤਾਂ ਉਹਨਾਂ ਨੂੰ ਪਤਾ ਲੱਗੇ ਨਾ ਕਿ ਯਾਰ ਕਾਹਦੇ ਵਾਸਤੇ ਕਾਲੀ ਕਮਾਈ ਕਰਾਂਗੇ, ਸਰਕਾਰ ਨੇ ਲੈ ਲੈਣੀ ਹੈ। ਸੋ ਨਾਲ ਦੀ ਨਾਲ ਅਸੀਂ ਪ੍ਰੋਪਰਟੀ ਸੀਜ਼ ਕਰਦੇ ਹਾਂ ਹੁਣ। ਸੋ ਇਸ ਕਰਕੇ ਸਾਡਾ 83% ਕਨਵੈਨਸ਼ਨ ਰੇਟ ਹੋ ਗਿਆ NDPC ਐਕਟ ਕੇਸਾਂ ਦਾ, 83% ਹਾਈਐਸਟ ਇਨ 5 ਈਅਰਸ। ਕੇਸ ਤਾਂ ਦਰਜ ਹੋ ਜਾਂਦਾ ਪਰ ਕਈ ਵਾਰੀ ਅੱਗੇ ਨਹੀਂ ਜਾਂਦਾ ਕੇਸ। ਅਸੀਂ ਵੱਡੇ ਵੱਡੇ ਵਕੀਲ ਇਸ ਗੱਲ 'ਤੇ ਲਾਏ ਹੋਏ ਨੇ, ਪਿੰਡਾਂ 'ਚੋਂ ਬਹੁਤ ਸਹਿਯੋਗ ਮਿਲ ਰਿਹਾ ਕਿ ਅਸੀਂ ਖਤਮ ਕਰਨਾ, ਕਿਉਂਕਿ ਇੱਕ ਮੁਹਿੰਮ ਬਣਾਉਣੀ ਪਊਗੀ। ਬੱਚਿਆਂ ਨੂੰ ਖੇਡਾਂ ਵੱਲ ਲਾਈਏ, ਬੱਚਿਆਂ ਨੂੰ ਨੌਕਰੀਆਂ ਦੇਈਏ। ਕੱਲ੍ਹ ਮੈਂ 417 ਨੌਕਰੀਆਂ ਦਿੱਤੀਆਂ, ਉਹਨੂੰ ਮਿਲਾ ਕੇ 44,666 ਹੋ ਗਈਆਂ ਸਰਕਾਰੀ ਨੌਕਰੀਆਂ। ਔਰ ਘਰ ਬੈਠਿਆਂ ਨੂੰ ਚਿੱਠੀ ਆਈ ਹੈ, ਔਰ ਕੋਈ ਕਹਿੰਦਾ ਸੀ ਮੈਂ ਆਈਲੈਟਸ ਕਰ ਰੱਖੀ ਹੈ, ਮੈਂ ਬਾਹਰ ਜਾਣਾ ਸੀ ਪਰ ਚਿੱਠੀ ਆ ਗਈ, ਮੈਂ ਹੁਣ ਜਾਂਦਾ ਨਹੀਂ ਕੈਨੇਡਾ। ਮੈਂ ਇਹੀ ਕਹਿਣਾ ਨੌਜਵਾਨਾਂ ਨੂੰ, ਮੁੰਡੇ ਕੁੜੀਆਂ ਨੂੰ, ਕਿ ਪੜ੍ਹ ਲਓ, ਮਿਹਨਤ ਕਰ ਲਓ, ਕੰਪੀਟੀਸ਼ਨ ਐਗਜ਼ਾਮ ਦੀ ਤਿਆਰੀ ਕਰ ਲਓ। ਬਿਲਕੁਲ ਕੋਈ ਰੁਪਈਏ ਦੀ ਚਿੰਤਾ ਨਹੀਂ ਕਰਨੀ ਕਿ ਸਾਡੇ ਕੋਲ ਰਿਸ਼ਵਤ ਦੇਣ ਨੂੰ ਪੈਸੇ ਨਹੀਂ, ਰਿਸ਼ਵਤ ਚੱਲਣੀ ਨਹੀਂ, ਨਾ ਇਹ ਚਿੰਤਾ ਕਰਨੀ ਹੈ ਸਾਨੂੰ ਕੋਈ ਮੰਤਰੀ ਨਹੀਂ ਜਾਣਦਾ ਜਾਂ ਵੱਡਾ ਬੰਦਾ ਨਹੀਂ ਜਾਣਦਾ, ਉਹਦੀ ਵੀ ਸਿਫਾਰਿਸ਼ ਚੱਲਣੀ ਨਹੀਂ। ਤੁਹਾਡੇ ਨੰਬਰ ਜੇ ਆ ਗਏ ਤੁਹਾਨੂੰ ਘਰੋਂ ਘਰੇ ਚਿੱਠੀ ਆਊ ਕਿ ਆਹ ਕੁਰਸੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ। ਇਹੀ ਸੁਪਨੇ, ਇਹੀ ਸੁਪਨੇ ਜਿਹੜੇ ਸ਼ਹੀਦਾਂ ਦੇ ਸੀ ਕਿ ਨੌਜਵਾਨਾਂ ਨੂੰ ਕੰਮ ਕਾਰ ਮਿਲੇ। ਕਿਉਂ ਛੱਡੀਏ ਧਰਤੀ ਅਸੀਂ ਆਪਣੀ? ਸ਼ਹੀਦ ਆਜ਼ਮ ਦੀ ਧਰਤੀ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ। ਕੋਈ ਪਿੰਡ ਇਹੋ ਜਿਹਾ ਨਹੀਂ ਹੋਣਾ ਜਿੱਥੇ ਕੋਈ ਕਾਰਗਿਲ ਦੇ ਸ਼ਹੀਦ ਦਾ ਗੇਟ ਨਾ ਹੋਵੇ, ਜਾਂ ਆਜ਼ਾਦੀ ਦੇ ਸ਼ਹੀਦ ਦਾ ਗੇਟ ਨਾ ਹੋਵੇ, ਜਾਂ ਬੱਬਰ ਲਹਿਰ ਦਾ ਜਾਂ ਗਦਰੀ ਬਾਬਿਆਂ ਦੇ ਸੰਘਰਸ਼ ਦਾ ਕੋਈ ਗੇਟ ਨਾ ਬਣਿਆ ਹੋਵੇ, ਜਾਂ ਯਾਦਗਾਰ ਨਾ ਬਣੀ ਹੋਵੇ, ਜਾਂ ਪੁੱਤ ਨਾ ਲੱਗਿਆ ਹੋਵੇ। ਇੰਨੀ ਕੁਰਬਾਨੀਆਂ ਵਾਲੀ ਧਰਤੀ ਤੁਹਾਨੂੰ ਮਿਲਣੀ ਹੋਈ ਨਹੀਂ ਕਿਤੇ। ਮੈਂ ਪੂਰੀ ਦੁਨੀਆ ਘੁੰਮੀ ਹੋਈ ਹੈ, ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਦੇ ਵੈਸਟ ਕੋਸਟ ਤੱਕ, ਕਿਤੇ ਇੰਨੀ ਵਧੀਆ ਧਰਤੀ ਹੈ ਨਹੀਂ। ਆਪਾਂ ਕਿਉਂ ਛੱਡ ਕੇ ਜਾ ਰਹੇ ਹਾਂ? ਕਿਉਂਕਿ ਸਿਸਟਮ ਖਰਾਬ ਸੀ। ਆਪਾਂ ਸਿਸਟਮ ਠੀਕ ਕਰਦੇ ਹਾਂ, ਉਹ ਮਿਲ ਕੇ ਸਿਸਟਮ ਠੀਕ ਕਰੀਏ ਅਤੇ ਆਪਾਂ ਇਸੇ ਧਰਤੀ 'ਤੇ ਗਿੱਧੇ ਭੰਗੜੇ ਦੁਬਾਰੇ ਵਾਪਸ ਲੈ ਕੇ ਆਈਏ, ਇਸੇ ਧਰਤੀ 'ਤੇ ਖੁਸ਼ੀਆਂ ਆਉਣ, ਰੰਗਲਾ ਪੰਜਾਬ ਬਣਾਈਏ।
ਸੜਕ ਸੁਰੱਖਿਆ ਫੋਰਸ ਬਣਾਈ ਹੈ ਇੱਕ ਨਵੀਂ, ਪਹਿਲੀ ਵਾਰ ਹੋਇਆ ਪੰਜਾਬ ਪਹਿਲਾ ਸੂਬਾ ਜਿਹਦੇ ਕੋਲ ਆਪਣੀ ਪੁਲਿਸ ਹੈ ਸੜਕਾਂ ਵਾਲੀ। ਤੁਸੀਂ ਦੇਖਿਆ ਹੋਣਾ 116 ਟੋਇਟਾ ਹੀਲਿਕਸ ਗੱਡੀਆਂ ਦਿੱਤੀਆਂ ਨੇ ਜਿਹੜੀਆਂ ਦੇਸ਼ ਦੇ ਵਿੱਚ ਕਿਸੇ ਪੁਲਿਸ ਕੋਲ ਗੱਡੀਆਂ ਨਹੀਂ ਹੈਗੀਆਂ ਇਹੋ ਜਿਹੀਆਂ। ਉਹਨਾਂ ਕੋਲ ਗੈਸ ਕਟਰ ਨੇ, ਉਹਨਾਂ ਕੋਲ ਆਰੀ ਦੇ ਬਲੇਡ ਨੇ, ਸਟੈਚਰ ਹੈ, ਫਸਟ ਏਡ ਦਾ ਸਮਾਨ ਹੈ। ਰੱਬ ਨਾ ਕਰੇ ਕੋਈ ਐਕਸੀਡੈਂਟ ਹੁੰਦਾ, ਉਹ ਇਮੀਡੀਏਟਲੀ ਪਹੁੰਚ ਜਾਂਦੇ ਨੇ। ਅਤੇ ਉਹਨਾਂ ਨੇ ਪਿਛਲੇ ਸਾਲ ਦੇ ਮੁਕਾਬਲੇ ਡਾਟਾ ਮੰਗਾਇਆ, ਮੈਂ 1 ਫਰਵਰੀ ਨੂੰ ਲਾਂਚ ਕੀਤੀ ਸੀ ਸੜਕ ਸੁਰੱਖਿਆ ਫੋਰਸ, 1 ਫਰਵਰੀ ਤੋਂ ਅੱਜ 15 ਅਗਸਤ ਹੋ ਗਈ, 1 ਫਰਵਰੀ ਤੋਂ 15 ਅਗਸਤ ਤੱਕ ਘੱਟੋ ਘੱਟ 1300 ਤੋਂ 1400 ਦੇ ਵਿੱਚ ਜਾਨਾਂ ਬਚਾਤੀਆਂ ਉਹਨਾਂ ਨੇ। ਜਿਹੜੇ ਪਿਛਲੇ ਸਾਲ ਇੰਨੇ ਮਰੇ ਸੀ, ਇਸ ਸਾਲ ਉਹਨਾਂ ਦੀਆਂ ਜਾਨਾਂ ਬਚ ਗਈਆਂ, ਕਿਉਂਕਿ ਟਾਈਮ 'ਤੇ ਪਹੁੰਚ ਗਏ, ਟਾਈਮ 'ਤੇ ਜਾ ਕੇ ਪੱਟੀ ਹੋ ਗਈ, ਲਹੂ ਖੂਨ ਬੰਦ ਹੋ ਗਿਆ, ਹਸਪਤਾਲ 'ਚ ਪਹੁੰਚਾ ਤੇ। ਅਤੇ ਨਾਲ ਨਾਲ 80 ਤੋਂ 90 ਲੱਖ ਦੇ ਕਰੀਬ ਕੈਸ਼ ਜਾਂ ਜੇਵਰਾਤ ਜਿਹੜੇ ਗੱਡੀ 'ਚ ਰਹਿ ਜਾਂਦੇ ਐਕਸੀਡੈਂਟ ਵੇਲੇ, ਉਹ ਵੀ ਉਹਨਾਂ ਦੇ ਘਰਾਂ 'ਚ ਜਾ ਕੇ ਦੇ ਕੇ ਆਏ ਨੇ, ਕਿਉਂਕਿ ਉਸ ਵੇਲੇ ਤਾਂ ਜਾਨ ਬਚਾਉਣ ਦੀ ਚਿੰਤਾ ਹੀ ਹੁੰਦੀ ਹੈ। ਬਸ ਉਸ ਵੇਲੇ ਕੌਣ ਦੇਖਦਾ ਮੇਰਾ ਪਰਸ ਗੱਡੀ 'ਚ ਪਿਆ ਜਾਂ ਮੇਰੇ ਗਹਿਣੇ ਪਏ ਨੇ। ਤਾਂ ਪੁਲਿਸ ਜਿਹੜੀ ਹੈ, SSF ਹੈ ਜਿਹੜੀ, ਸ਼ਾਨਦਾਰ ਕੰਮ ਕਰ ਰਹੀ ਹੈ। ਮੈਂ SSF ਨੂੰ, ਕਿਉਂਕਿ PAP ਦੇ ਹੀ ਮੁੰਡੇ ਕੁੜੀਆਂ ਲਏ ਨੇ, ਬਹੁਤ ਸ਼ਾਨਦਾਰ, ਮੈਂ ਕਈ ਵਾਰੀ ਖੜ ਵੀ ਜਾਂਦਾ ਉਹਨਾਂ ਕੋਲ ਰਾਤ ਬਰਾਤੇ, ਜਾਂਦਾ ਆਉਂਦਾ, ਬਿਲਕੁਲ ਮੁਸਤੈਦ ਨੇ ਔਰ ਉਹਨਾਂ ਨੇ ਕਮਾਲ ਕੀਤੀ ਹੈ। ਸੋ SSF ਇੱਕ ਕਾਮਯਾਬ ਚੱਲ ਰਹੀ ਹੈ। ਔਰ ਮੈਨੂੰ ਹੁਣ ਦੂਜੇ ਸੂਬਿਆਂ ਦੇ ਮੁੱਖ ਮੰਤਰੀ ਪੁੱਛ ਰਹੇ ਨੇ, ਇਹਨਾਂ ਨੇ ਟ੍ਰੇਨਿੰਗ ਕਿੱਥੋਂ ਕਰਾਈ ਸੀ, ਇਹ ਕਿਵੇਂ ਕਰਦੇ ਹੁੰਦੇ ਹੋ, ਸਾਨੂੰ ਦੱਸ ਦਿਓ। ਅਸੀਂ ਕਿਹਾ ਜੀ ਇਹ ਸਾਡਾ ਕਾਪੀਰਾਈਟ ਹੈ, ਹੁਣ ਤੁਸੀਂ ਸਾਡੇ ਕੋਲ ਆਓ, ਅਸੀਂ ਤੁਹਾਨੂੰ ਟ੍ਰੇਨਿੰਗ ਦੇਵਾਂਗੇ, ਅਸੀਂ ਤੁਹਾਨੂੰ ਦੱਸਾਂਗੇ ਕਿ ਗੱਡੀ ਕਿੱਥੇ ਕਿਹੜੀ ਗੱਡੀ ਵਰਤਣੀ ਹੈ, ਉਹ 'ਚ ਗੱਡੀ 'ਚ ਕਿਹੜੇ ਕੈਮਰੇ ਲਾਉਣੇ ਆ। ਪਰ ਹਾਂ, ਉਹਦੇ ਬਦਲੇ ਅਸੀਂ ਪੈਸੇ ਲਵਾਂਗੇ ਟ੍ਰੇਨਿੰਗ ਦੇਣ ਦੇ ਬਦਲੇ, ਕਿਉਂਕਿ ਪੰਜਾਬੀ ਹਾਂ ਅਸੀਂ, ਅਸੀਂ ਹੁਣ ਮੁਫਤ ਨਹੀਂ ਦੇਣੀ ਕੋਈ ਚੀਜ਼। ਬਹੁਤ ਚਿਰ ਹੋ ਗਿਆ ਅਸੀਂ ਮੁਫਤ ਦੇ ਵਿੱਚ ਚਾਵਲ ਦਿੰਦੇ ਰਹੇ, ਚਾਵਲ ਕਾਹਦਾ, ਪਾਣੀ ਉਹ ਦਿੰਦੇ ਰਹੇ, ਅਤੇ ਹੁਣ ਅਸੀਂ ਪ੍ਰੋਫੈਸ਼ਨਲ ਹੋ ਗਏ ਹਾਂ। ਅਸੀਂ ਆਪਣੇ ਸੂਬੇ ਨੂੰ ਨੰਬਰ 1 ਸੂਬਾ ਬਣਾਉਣਾ। ਭਾਰਤ ਨੰਬਰ ਦੇਸ਼ ਜਿਹੜਾ ਤਾਂ ਬਣੂਗਾ ਜੇ ਨੰਬਰ 1 ਸੂਬਾ ਪੰਜਾਬ ਬਣੂਗਾ। ਸੋ ਅੱਜ ਇੱਕ ਹੋਰ, ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ ਜਿਹੜੀ ਗੱਲ ਹੁਣ ਮੈਂ ਕਹਿਣ ਲੱਗਿਆ, ਕਿ ਅੱਜ ਦੇ ਦਿਨ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਚਾਚਾ ਜੀ ਸ਼ਹੀਦ ਅਜੀਤ ਸਿੰਘ, ਉਹਨਾਂ ਦੀ ਵੀ ਡੈਥ ਐਨਵਰਸਰੀ ਹੈ। ਤੁਸੀਂ ਦੇਖੋ, ਜਲਾਵਤਨੀ ਕੱਟੀ, ਪਗੜੀ ਸੰਭਾਲ ਜੱਟਾਂ ਦੇ ਬਾਨੀ ਸੀ ਉਹ, ਦੇਸ਼ ਨਿਕਾਲਾ ਮਿਲ ਗਿਆ, ਜਰਮਨੀ 'ਚ ਰਹੇ। ਭਗਤ ਸਿੰਘ ਨੂੰ ਚਿਣਗ ਵੀ ਆਪਣੇ ਚਾਚੇ ਤੋਂ ਹੀ ਲੱਗੀ ਸੀ, ਜਦੋਂ ਦਮੂਕਾਂ ਬੀਜਣ ਦੀ ਗੱਲ ਕਰਦਾ ਸੀ। ਦੇਸ਼ 'ਚ ਆ ਗਏ, ਡਲਹੌਜ਼ੀ ਸੀ ਜਦੋਂ 15 ਅਗਸਤ ਹੋਈ, ਅੱਜ ਦਾ ਦਿਨ ਆਇਆ, ਅੱਜ ਦੇ ਦਿਨ ਉਹਨਾਂ ਦੀ ਮੌਤ ਹੋ ਗਈ। ਔਰ ਜਾਂਦੇ ਆਉਣ ਦੇ ਲਫ਼ਜ਼ ਸੀ, ਚਲੋ ਸ਼ੁਕਰ ਹੈ ਆਖਰੀ ਸਾਹ ਜਿਹੜੇ ਨੇ ਉਹ ਆਜ਼ਾਦੀ 'ਚ ਲੈ ਕੇ ਚੱਲੇ ਹਾਂ, ਆਖਰੀ ਸਾਹ ਆਜ਼ਾਦੀ 'ਚ ਲੈ। ਇਹੋ ਜਿਹੇ ਸਾਡੇ ਕੋਲ ਸ਼ਹੀਦ, ਇਹੋ ਜਿਹੇ ਪਰਵਾਨੇ ਪਏ ਆ। ਸੋ ਮੈਂ, ਤੁਸੀਂ ਬਹੁਤ ਚਿਰ ਦੇ ਬੈਠੇ ਹੋ, ਪਰਫੋਰਮ ਵੀ ਕਰਨਾ, ਮੁੰਡੇ ਪਰੇਡ ਵਾਲੇ ਖੜ੍ਹੇ ਨੇ ਕਾਫੀ ਦੇਰ ਤੋਂ, ਮੈਂ ਇੰਨੇ ਕਹੂੰਗਾ ਅੱਜ ਦੇ ਦਿਨ 'ਤੇ ਕਿ ਇਕੱਠੇ ਰਹਿਣਾ। ਔਰ ਪੰਜਾਬ ਜਿਹੜਾ, ਉਹਦੀ ਧਰਤੀ ਇੰਨੀ ਚਰਖੇਜ ਹੈ, ਜੋ ਮਰਜ਼ੀ ਬੀਜ ਸੁੱਟ ਦਿਓ ਉੱਗ ਜੂਗਾ, ਜੋ ਮਰਜ਼ੀ ਬੀਜ ਦਿਓ ਉੱਗ ਜੂਗਾ, ਪਰ ਇੱਕ ਨਫ਼ਰਤ ਦਾ ਬੀਜ ਪੰਜਾਬ ਦੀ ਧਰਤੀ 'ਤੇ ਉੱਗ ਨਹੀਂ ਸਕਦਾ। ਇਸ ਗੱਲ ਦੀ ਮੈਂ ਸਾਰੀ ਦੁਨੀਆ ਨੂੰ ਜਿਹੜੀ ਹੈ ਉਹ ਜਾਣਕਾਰੀ ਦੇਣੀ ਚਾਹੁੰਦਾ, ਕਿ ਸਾਡੀ ਸੋਸ਼ਲ ਬੌਂਡਿੰਗ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰਿਓ ਕਦੇ, ਕਿ ਅਸੀਂ ਇਹਨੂੰ ਇਧਰਲੇ ਸਮਾਜ ਨੂੰ ਇਧਰਲੇ ਸਮਾਜ ਨਾਲ ਲੜਾ ਦਾਂਗੇ।
ਸਾਡੀਆਂ ਈਦਾਂ, ਸਾਡੀਆਂ ਸ਼ਬਰੀਦਾਂ, ਸਾਡੀਆਂ ਰਾਮਨੌਮੀਆਂ, ਸਾਡੇ ਗੁਰਪੁਰਬ, ਸਾਡੀਆਂ ਕ੍ਰਿਸਮਸਾਂ, ਸਾਡੀਆਂ ਹਨੂਮਾਨ ਜਯੰਤੀਆਂ ਸਭ ਸਾਂਝੀਆਂ ਨੇ। ਸਾਨੂੰ ਰਾਮਨੌਮੀ ਵੇਲੇ ਜਾਂ ਗੁਰਪੁਰਬ ਵੇਲੇ ਕਰਫਿਊ ਲਾਉਣ ਦੀ ਲੋੜ ਨਹੀਂ ਪੈਂਦੀ। ਸਾਡੇ ਤਾਂ ਇੱਥੇ ਸਾਰੇ ਬੰਦੇ ਇਕੱਠੇ ਇੱਕ ਦੂਜੇ ਦਾ ਸਾਥ ਦੇ ਕੇ ਇੱਕ ਦੂਜੇ ਤਿਉਹਾਰਾਂ ਦੇ ਵਿੱਚ ਜਾ ਕੇ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ। ਸੋ ਆਓ ਇਕੱਠੇ ਰਹੀਏ, ਏਕਾ ਰੱਖੀਏ। ਸ਼ਹੀਦਾਂ ਦਾ ਇਹੀ ਸੁਪਨਾ ਸੀ। ਦੇਖੋ ਭਗਤ ਸਿੰਘ ਜੀ ਇੱਥੋਂ ਸੀ, ਅਸ਼ਫਾਕ ਉੱਲਾ ਯੂਪੀ ਤੋਂ ਸੀ, ਸੁਭਾਸ਼ ਚੰਦਰ ਬੋਸ ਬੰਗਾਲ ਤੋਂ ਸੀ, ਚੰਦਰ ਸ਼ੇਖਰ ਆਜ਼ਾਦ ਯੂਪੀ ਤੋਂ ਸੀ, ਕਿੰਨੇ ਸ਼ਹੀਦ ਸੀ, ਰਾਜਗੁਰੂ ਪੂਨੇ ਤੋਂ ਸੀ, ਸਾਰਾ ਦੇਸ਼ ਹੀ ਤਾਂ ਲੜ ਰਿਹਾ ਸੀ। ਹੁਣ ਆਪਾਂ ਇਹ ਨਾ ਵੰਡੀਏ ਕਿ ਭਗਤ ਸਿੰਘ ਸਾਡਾ ਸੀ, ਚੰਦਰ ਸ਼ੇਖਰ ਆਜ਼ਾਦ ਉਹਨਾਂ ਦਾ ਸੀ, ਨਾ ਉਹ ਸਾਰੇ ਮੁਲਕ ਦੇ ਹੀ ਸੀ। ਸੋ ਉਹਨਾਂ ਨੇ ਤਾਂ ਇਹੀ ਲਿਖਿਆ ਸੀ ਸ਼ਹੀਦ ਆਜ਼ਮ ਭਗਤ ਸਿੰਘ ਨੇ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ। ਇੰਨਾ ਦੇਸ਼ ਭਗਤੀ 'ਚ, ਇੰਨਾ ਕੰਟਰੀ ਨੂੰ ਆਜ਼ਾਦ ਕਰਾਉਣ ਵਾਸਤੇ ਇਨਕਲਾਬ ਦੇ ਵਿੱਚ ਡੁੱਬ ਗਏ ਸੀਗੇ ਕਿ ਭਗਤ ਸਿੰਘ ਨੇ ਇਹ ਸ਼ੇਰ ਲਿਖਿਆ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ। ਸੋ ਇਹ ਬਹੁਤ ਵੱਡੇ ਲੋਕਾਂ ਦੀਆਂ ਗੱਲਾਂ ਨੇ। ਆਪਾਂ ਨੂੰ ਉਹਨਾਂ ਦੇ ਥੋੜ੍ਹਾ ਥੋੜ੍ਹਾ ਵੀ ਚੱਲ ਜਾਈਏ ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ, ਤਾਂ ਸ਼ਾਇਦ ਆਪਣਾ ਮੁਲਕ ਜਿਹੜਾ ਉਹ ਨੰਬਰ 1 ਬਣ ਜੂਗਾ, ਦੇਸ਼ ਪੰਜਾਬ ਰੰਗਲਾ ਬਣ ਜੂਗਾ। ਸ਼੍ਰੀ ਗੁਰੂ ਨਾਨਕ ਸਾਹਿਬ ਨੇ ਅੱਜ ਤੋਂ ਕਿੰਨੇ ਸੌ ਸਾਲ ਪਹਿਲਾਂ ਲਿਖਤਾ ਸੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਸੋ ਅਸੀਂ ਪਵਨ ਜਿਹੜੀ ਹੈ, ਹਵਾ ਨੂੰ ਗੁਰੂ ਦਾ ਦਰਜਾ, ਪਾਣੀ ਨੂੰ ਪਿਤਾ ਦਰਜਾ, ਧਰਤੀ ਨੂੰ ਮਾਤਾ ਦਰਜਾ, ਕਿ ਤਿੰਨੇ ਬਚਾ ਲਓ। ਆਪਾਂ ਨੂੰ ਇਹ ਤਿੰਨੇ ਬਚਾਉਣੇ ਪੈਣਗੇ। ਅੱਜ ਇਹ ਅਹਿਦ ਲੈਣਾ ਪਊਗਾ ਆਪਾਂ ਨੂੰ ਕਿ ਆਪਾਂ ਤਿੰਨਾਂ ਨੂੰ ਬਚਾਉਣਾ ਵੀ ਹੈ ਔਰ ਤਿੰਨਾਂ ਨੂੰ ਬਚਾ ਕੇ ਔਰ ਦੱਸਣਾ ਵੀ ਪਊਗਾ ਦੁਨੀਆ ਨੂੰ ਕਿ ਅਸੀਂ ਆਪਣੇ ਗੁਰੂਆਂ ਦੇ, ਆਪਣੇ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲ ਰਹੇ ਹਾਂ, ਅਤੇ ਜੋ ਸੁਪਨੇ ਸ਼ਹੀਦਾਂ ਨੇ ਲਏ ਸੀ ਉਹ ਆਜ਼ਾਦੀ ਨੂੰ ਅਸੀਂ ਘਰ ਘਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਲੋਕ ਭਲਾਈ ਦੀਆਂ ਸਕੀਮਾਂ ਲਾਗੂ ਹੋਣਗੀਆਂ। ਜੇ ਮੈਂ ਪੜ੍ਹਨ ਲੱਗ ਜਾਂ ਬਹੁਤ ਲੰਬਾ ਹੋ ਜੂਗਾ, ਪਰ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਤਾ ਲੱਗ ਜੂਗਾ। ਬਹੁਤ ਸਾਰੇ ਮੁੰਡੇ ਕੁੜੀਆਂ ਨੂੰ ਭਰਤੀ ਕਰ ਰਹੇ ਹਾਂ ਔਰ ਨਾਲ ਨਾਲ ਨਵੀਆਂ ਭਰਤੀਆਂ ਕ੍ਰੀਏਟ ਕਰ ਰਹੇ ਹਾਂ ਪੁਲਿਸ ਦੇ ਵਿੱਚ। ਤੁਸੀਂ ਹੈਰਾਨ ਹੋ ਜਾਓਗੇ, 2001 ਦੇ ਵਿੱਚ ਵੀ 80,000 ਸੀ ਪੁਲਿਸ, 2024 'ਚ ਵੀ 80,000 ਹੀ ਹੈ। ਕਿੰਨੀ ਪਾਪੂਲੇਸ਼ਨ ਵੱਧ ਗਈ, ਕ੍ਰਾਈਮ ਵੱਧ ਗਿਆ, ਤਾਂ ਪੁਲਿਸ ਦੀ ਨਫ਼ਰੀ ਨਹੀਂ ਵਧੀ। ਤਾਂ ਅਸੀਂ ਹੁਣ ਨਵਾਂ ਵਿਧਾਨ ਸਭਾ ਦੇ ਵਿੱਚ ਲੈ ਕੇ ਆਉਣਾ, ਹੁਣ ਆਉਣ ਵਾਲੀ ਮੌਨਸੂਨ ਸੈਸ਼ਨ 'ਚ 10,000 ਨਵੀਆਂ ਪੋਸਟਾਂ ਕ੍ਰੀਏਟ ਕਰ ਰਹੇ ਹਾਂ ਪੰਜਾਬ ਪੁਲਿਸ ਦੇ ਵਿੱਚ। ਉਹ ਇਹਨੂੰ ਮੈਂ ਹੁਣ 90,000 ਤੇ ਲੈ ਗਿਆ, ਇਹ ਮੇਰਾ ਸੁਪਨਾ, ਮੈਂ 1,25,000 ਤੇ ਲੈ ਕੇ ਜਾਣਾ ਹੌਲੀ ਹੌਲੀ, ਤਾਂ ਕਿ ਸਾਡੇ ਮੁੰਡੇ ਕੁੜੀਆਂ ਨੂੰ ਕੰਮ ਮਿਲੇ, ਲੋਅ ਐਂਡ ਆਰਡਰ ਠੀਕ ਰਹੇ, ਅਤੇ ਸਾਨੂੰ ਜਿਹੜਾ ਉਹ ਜੀਵਨ ਪੱਧਰ ਸਾਡਾ ਉੱਚਾ ਚੱਕਣ, ਸਾਨੂੰ ਕੋਈ ਇੰਡਸਟਰੀ ਹੈ ਜਾਂ ਕੋਈ ਹੋਰ ਹੈ ਆਵੇ ਇੱਥੇ, ਉਹਨਾਂ ਨੂੰ ਵੀ ਪਤਾ ਲੱਗੇ ਕਿ ਰੰਗਲਾ ਪੰਜਾਬ ਹੈ। ਸੋ ਰੰਗਲੇ ਪੰਜਾਬ ਨੂੰ ਬਣਾਉਣ ਵਾਸਤੇ ਸਾਥ ਦਿਓ। ਅੱਜ ਵੀ ਮੈਂ ਹੁਣ ਰੰਗਲੇ ਪੰਜਾਬ ਦੀ ਝਲਕ ਦੇਖੂੰਗਾ, ਇਸ ਤੋਂ ਬਾਅਦ ਗਿੱਧਾ ਭੰਗੜਾ, ਉਹ ਗੱਤਕੇ ਵਾਲੀ ਟੀਮ ਬੈਠੀ ਹੈ ਅਤੇ ਨਾਲ ਗਿੱਧੇ ਵਾਲੀਆਂ ਕੁੜੀਆਂ ਬੈਠੀਆਂ, ਭੰਗੜੇ ਵਾਲੇ ਮੁੰਡੇ ਬੈਠੇ ਆ, ਬੱਚੇ ਰੰਗ ਬਿਰੰਗੀਆਂ ਤਿੱਤਲੀਆਂ ਬਣ ਬਣ ਕੇ ਬੈਠੇ ਨੇ, ਬੜੇ ਸੋਹਣੇ ਲੱਗ ਰਹੇ ਨੇ। ਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਆਜ਼ਾਦੀ ਦਿਵਸ ਦੀਆਂ, ਔਰ ਦੇਸ਼ ਜਿਹੜਾ ਉਹ ਤਰੱਕੀ ਕਰੇ, ਇਹੀ ਕਾਮਨਾ ਕਰਦਾ ਹੋਇਆ ਮੈਂ ਤੁਹਾਡੇ ਤੋਂ ਵਿਦਾ ਲੈਣਾ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ, ਜੈ ਹਿੰਦ। ਬਹੁਤ ਬਹੁਤ ਧੰਨਵਾਦ ਸਰ। ਪਰੇਡ ਕਮਾਂਡਰ ਵੈਭਵ ਚੌਧਰੀ ਜੀ।